ਬਿੰਡਰ ਬਨ ਰਹੀਮ ਅਸਲਾਮ ਵਾਲੇਕਮ ਤੇ ਕੀ ਹਾਲ ਚਾਲ ਹੈ ਜੀ ਤੁਹਾਡੇ ਸਭ ਦਾ ਉਮੀਦ ਕਰਨੀ ਹੈ ਕਿ ਤੁਸੀਂ ਸਭ ਓਕੇ ਖੈਰੀਅਤ ਨਾਲ ਤੇ ਮੈਂ ਵੀ ਅੱਲਾ ਦਾ ਸ਼ੁਕਰ ਹੈ ਜੀ ਅਲhamdulillah ਕਿ ਬਿਲਕੁਲ ਖੈਰੀਅਤ ਨਾਲ ਆ ਅੱਜ ਮੌਸਮ ਬੜਾ ਅੱਛਾ ਸੀ ਔਰ ਮੈਂ ਜਰਾ ਨਿਕਲੀ ਬਾਹਰ ਐਵੇਂ ਵਿੰਡੋ ਸ਼ਾਪਿੰਗ ਕਰਨ ਵਾਸਤੇ ਕੁਝ ਅੱਛਾ ਮੈਨੂੰ ਸੋਚਿਆ ਸੀ ਲੱਗੇਗਾ ਤੇ ਲੈ ਲਵਾਂਗੀ ਨਹੀਂ ਤੇ ਉੱਥੇ ਕਿਸੇ ਨੇ ਫੜ ਕੇ ਸਾਨੂੰ ਬਿਠਾ ਤੇ ਨਹੀਂ ਲੈਣਾ ਤੇ ਮੈਂ ਇੱਥੇ ਆਈ ਜੀ ਨਿਸ਼ਾਦ ਤੇ ਨਿਸ਼ਾਦ ਦੇ ਸਾਹਮਣੇ ਇੱਕ ਨਵੀਂ ਸ਼ਾਪ ਸੀ ਸਿਦਰਾ ਨਹੀਂ ਉਹਦੀ ਵੀਡੀਓ ਬਣਾਈਏ ਨਿਸ਼ਾਦ ਤੇ ਮੈਨੂੰ ਕੋਈ ਜਿਹੜਾ ਹੁੰਦਾ ਨਾ ਕਿ ਇੱਕ ਦਫਾ ਇੱਕ ਚੀਜ਼ ਦੇਖੋ ਤੇ ਬੜੀ ਹੀ ਅੱਛੀ ਲੱਗ ਜਾਣੀ ਔਰ ਇਨਸਾਨ ਖਰੀਦ ਲੈਂਦਾ ਵੇ ਮੈਨੂੰ ਉੱਥੇ ਕੁਝ ਵੀ ਐਸਾ ਨਜ਼ਰ ਨਹੀਂ ਆਇਆ ਕਿ ਜਿਹੜਾ ਮੈਂ ਖਰੀਦ ਲੈਂਦੀ ਫੌਰੀ ਤੌਰ ਤੇ ਤੇ ਬਹਾਰਾਲ ਇੱਥੇ ਐ ਪ੍ਰਿੰਟ ਜਿਹੜੇ ਨੇ ਉਹ ਤੁਹਾਡੇ ਨਾਲ ਮੈਂ ਕਰ ਰਹੀਆਂ ਨੇ ਜਿਹੜੇ ਨੇ ਸ਼ੇਅਰ ਕਿ ਐ ਪ੍ਰਿੰਟ ਇੱਥੇ ਲੱਗੇ ਹੋਏ ਸਨ ਔਰ ਜੇ ਕੋ ਮੈਨੂੰ ਚੰਗਾ ਰੱਖਦਾ ਸੀ ਤੇ ਉਦਨਾ ਦੁਪੱਟਾ ਹੀ ਲਾਉਣ ਦਾ ਨਹੀਂ ਸੀ ਹੁੰਦਾ ਇਸ ਵਾਸਤੇ ਰਿਆਜ਼ਾ ਮੈਂ ਤੂੰ ਕੁਝ ਵੀ ਨਹੀਂ ਖਰੀਦਿਆ ਤੇ ਘਰੋਂ ਕੱਪੜੇ ਚੁੱਕ ਕੇ ਨਿਕਲੀ ਸਾਂ ਕਿਉਂਕਿ ਇਹ ਤੂੰ ਪਹਿਲਾਂ ਦੇ ਕੱਪੜੇ ਪੇ ਉਸਨ ਸਟਿਚ ਕਰਵਾਉਣ ਵਾਲੇ ਔਰ ਮੈਂ ਕਿਧਰੇ ਜਾ ਹੀ ਨਹੀਂ ਸਕਰੇ ਇੱਕ ਤੇ ਮੌਸਮ ਕਦੀ ਖਰਾਬ ਹੋ ਜਾਂਦਾ ਸੀ ਫੇਰ जो अपनी तबीयत भी मेरी ख़राब रही और इस वजह करके मैं कदों निकल ही ना सकी तो इतने देखो जी इन दे टू पीस भी सन खाली शर्ट्स भी सन और थ्री पीस जे सन वह भी सन एक है सूट मैं अच्छा लगा मगर यद जुपट्टा है ना और कोई कैमरिक ਦਾ ਸੀ ਔਰ ਮੈਂ ਇਸ ਤਰ੍ਹਾਂ ਦੇ ਦੁਪट्टे ਬਿਲਕੁਲ ਵੀ ਨਹੀਂ ਲੈਂਦੀ ਕਿਉਂਕਿ ਨਾ ਤੇ ਸਿਰ ਤੇ ਟਿਕਦੇ ਨੇ ਔਰ ਨਾ ਹੀ ਬਾਹਰ ਨਿਕਲੋ ਤੇ ਉਧਰ ਕੋਈ ਇਨਸਾਨ ਦਾ ਜਿਸmani ਪਰਦਾ ਹੋ ਸਕਦਾ ਵੇ لہذا ਜੀ ਇਥੋਂ ਮੈਂ ਸਾਰਾ ਕੁਝ ਕੀਤਾ ਰਿਫਿਊਜ਼ ਔਰ ਇਥੋਂ ਨਿਕਲੇ ਸਾਸੀ ਬਾਅਰ ਤੇ ਬਹੁਤ ਤੇਜ਼ ਆਂਦੀ ਜਿਹੜੀ ਹੈ ਨਾ ਉਹ ਆ ਗਈ ਔਰ ਸਿਦਰਾ ਵੀ ਜਿਹੜੀ ਹੈ ਅੰਦਰ ਖਲੋ ਕੇ ਚੰਗੀ ਤਰ੍ਹਾਂ ਨੇ ਖੂਬ ਵੀਡੀਓ ਜਿਹੜੀ ਸਿਦਨੀ ਸ਼ਾਤ ਹੋ ਰਹੇ ਨੇ ਸਟੋਰ ਦੀ ਜਿਹੜੀ ਹੈ ਉਹ ਬਣਾਈ ਕਿ ਕੋਈ ਕਪੜਾ ਰਹਿ ਨਾ ਜਾਵੇ ਜਿਵੇਂ ਸਾਰੇ ਅਜਿਹਾ ਹੀ ਲੈ ਕੇ ਜਾਣਾ ਹੈ ਸਨ ਤੇ ਹਾਂਜੀ ਜੀ ਬਹੁਤ ਸਾਰੇ ਕਮੈਂਟਸ ਮੇਰੇ ਕੋਲ ਆਏ ਹੋਏ ਨੇ ਔਰ ਸਭ ਨੇ ਬੜਾ ਮਤਲਬ ਪਿਆਰ ਔਰ ਮੁਹੱਬਤ ਜਿਹੜਾ ਆਪਣਾ ਉਦਾਇਜ਼ਹਾਰ ਕੀਤਾ ਵੀ ਇੱਕ ਸسٹر ਨੇ ਕਿਹਾ ਕਿ ਮੇਰੀ والدہ ਨੂੰ ਫੌਤ ਹੋਇਆ 3 ਮਹੀਨੇ ਹੋਏ ਨੇ ਔਰ ਮੈਂ ਸਮਝ ਸਕਨੀ ਹਾਂ ਤੁਹਾਡੇ ਦੁੱਖ ਨੂੰ ਤੁਹਾਡੀ ਤਕਲੀਫ ਨੂੰ ਤੇ ਮੈਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹਾਂਗੀ ਕਿ ਇਹ ਇਨਸਾਨ ਜਬ ਤੱਕ ਜ਼ਿੰਦਾ ਰਹਿੰਦਾ ਹੈ ਨਾ ਇਹ ਤਕਲੀਫ ਉਦੋਂ ਤੱਕ ਹੀ ਰਹਿੰਦੀ ਹੈ ਦੇਖੋ ਅਸੀਂ ਇੰਨਾ ਉਮਰਾਂ ਤੱਕ ਪਹੁੰਚ ਗਏ ਆ ਕਿ ਆਪਣੇ ਘਰਾਜ ਵਿੱਚ ਰਹ ਜਾਈਏ ਨਾ ਤੇ ਆਪਣੇ ਬੇਸ਼ੱਕ ਜਿੰਨੀ ਮਰਜ਼ੀ ਆਪਣੇ ਕਾਰਜ ਖੂਸ਼ੀਆ ਔਰ ਮਗਰ ਮਾਂ ਬਾਪ ਵਰਗੀ ਤੇ ਗੱਲ ਹੀ ਕੋਈ ਨਹੀਂ ਹੁੰਦੀ ਨਾ ਕਿ ਮਾਂ ਬਾਪ ਨੂੰ ਤੁਸੀਂ ਕਦੀ ਵੀ ਨਹੀਂ ਭੁੱਲ ਸਕਦੇ ਔਰ ਸਾਨੂੰ ਉਹਨਾਂ ਨੂੰ ਭੁੱਲਣਾ ਵੀ ਨਹੀਂ ਚਾਹੀਦਾ ਕਿਉਂਕਿ ਅਸੀਂ ਖੁਦ ਜਿੱਦੂੰ ਇਸ ਸਟੇਜ ਤੇ ਆਨੇ ਆ ਮੈਂ ਇੱਕ ਔਰਤ ਦੀ ਗੱਲ ਕਰਾਂ ਜਦੋਂ ਔਰਤ ਮਾਂ ਬਣਦੀ ਹੈ ਜਾਂ ਮਰਦ ਬੇਟਾ ਜਿਹੜਾ ਵੀ ਉਹ ਬਾਤ ਬਣਦਾ ਵੇ ਤੇ ਫਿਰ ਜਾ ਕੇ ਅਹਿਸਾਸ ਹੁੰਦਾ ਹੈ ਕਿ ਜਿਹੜੀਆਂ ਸਾਡੀ ਫੀਲਿੰਗ ਸਾਡੀ ਉਦਾਦ ਵਾਸਤੇ ਨੇ ਕਿ ਸਾਡੇ ਮਾਂ-ਬਾਪ ਦੀਆਂ ਕਿੰਨੀਆਂ ਫੀਲਿੰਗਸ ਹੁੰਦੀਆਂ ਨੇ ਸਾਡੇ ਵਾਸਤੇ ਔਰ ਜਦੋਂ ਉਹ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਉਹਨਾਂ ਤੋਂ ਬਿਨਾਂ ਘਰੇ ਚ ਰੌਣਕ ਨਹੀਂ ਲੱਗਦੀ ਚਾਰ ਦਿਨ ਘਰ 'ਚ ਕੋਈ ਮਹਿਮਾਨ ਆਇਆ ਹੈਨ ਉਹ ਵਾਪਸ ਜਦੋਂ ਤੇ ਘਰ ਦੇ ਵਿੱਚ ਬੇਰੌਣਕੀ ਹੁੰਦੀ ਤੇ ਮਾਪੇ ਤੇ ਉਹ ਨੇ ਕਿ ਜਿਹੜੇ ਤੁਹਾਨੂੰ ਦੁਨੀਆ ਤੇ ਲੈ ਕੇ ਆਂਦੇ ਨੇ ਤੁਹਾਨੂੰ ਪਾਲਦੇ ਨੇ ਪੋਸਤੇ ਨੇ بڑا ਕਰਦੇ ਨੇ ਜਵਾਨ ਕਰਦੇ ਨੇ ਤੁਹਾਨੂੰ ਅੱਛੀ ਤਾਲੀਮ ਦਿੰਦੇ ਨੇ ਤੁਹਾਡੀ ਤਰਬੀਅਤ ਕਰਦੇ ਨੇ ਤੁਹਾਨੂੰ ਹਰ ਅਛਾਈ ਬੁਰਾਈ ਦੇ ਬਾਰੇ ਵਿੱਚ ਦੱਸਦੇ ਨੇ ਤੁਹਾਨੂੰ ਆਪਣੇ ਆਪਣਾ ਘਰਵਾਲਾ ਵੀ ਬਣਾਉਂਦੇ ਨੇ ਤੇ ਮੁਲਕੇ ਆਪ ਵਿਚਾਰੇ ਕੱਲੇ ਰਹਿ ਜਾਂਦੇ ਨੇ ਤੇ ਜਦੋਂ ਉਹ ਕੱਲੇ ਰਹਿ ਜਾਂਦੇ ਨੇ ਤੇ اولاد ਜਿਹੜੀ ਕੇ ਮਾਪੇ ਨੂੰ ਕਿਸੇ ਓਕੇਸ਼ਨ ਤੇ ਮਿਲਣ ਵਾਸਤੇ ਘਰ ਜਾਂਦੀ ਏ ਜਾਂ ਬੇਟੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਘਰ ਚ ਫਿਰ ਉਹੀ ਰੌਣਕ ਜਿਹੜੀ ਹੈ ਨਾ ਉਹ ਆਬਾਦ ਹੋ ਜਾਂਦੀ ਏ ਤੇ ਮਾਪੇ ਜੀ ਬਿਲਕੁਲ ਵੀ ਕਦੀ ਵੀ ਨਹੀਂ ਭੁਲਾਏ ਜਾ ਸਕਦੇ ਔਰ ਨਾ ਹੀ ਉਹਨਾਂ ਨੂੰ ਭੁੱਲਣਾ ਚਾਹੀਦਾ ਵੇ ਉਹਨਾਂ ਨੂੰ ਹਰ ਦਮ ਯਾਦ ਕਰੋ ਉਹਨਾਂ ਦਾ ਯਾਦ ਕਰਨਾ ਵੀ ਸਵਾਬ ਹੈ ਉਹਨਾਂ ਦਾ ਯਾਦ ਕਰਨਾ ਵੀ ਤੁਹਾਡੇ ਰਿਸਕ ਦਾ ਜਿਹੜਾ ਹੈ ਨਾ ਉਹ ਵੱਧ ਜਾਣਾ ਹੁੰਦਾ ਵੇ ਤੇ ਬਾਕੀ ਇੱਕ ਗੱਲ ਹੋਰ ਵੀ ਨਾਲ ਕਰਦੀ ਚਲਾਂਗੀ ਕਿ ਬਹੁਤ ਸਾਰੇ ਮਿੰਡ ਲਿਖਦੇ ਨੇ ਕਿ ਆਪਕਾ ਖਾਣਾ ਬੜਾ ਸਿੰਪਲ ਹੁੰਦਾ ਹੈ ਮਕਰ ਬਹੁਤ ਮਜ਼ੇ ਕਾ ਹੁੰਦਾ ਹੈ ਤੇ ਅਸੀਂ ਆਪਣੀਆਂ ਮਾਵਾ ਕੋਲੋਂ ਇਹੋ ਤੇ ਸਿੱਖਿਆ ਸਿੰਪਲ ਖਾਣਾ ਅੱਜ ਤੇ ਇਨੀਆਂ ਰੈਸਪੀਜ਼ ਨੇ ਚੈਨਲਸ ਨੇ ਕੁਕਿੰਗ ਚੈਨਲ ਨੇ YouTube ਤੇ ਕਿਹੜੀ ਅਸੀ ਰੈਸਪੀ ਹੈ ਜਿਹੜੀ ਅਵੇਲੇਬਲ ਨਹੀਂ ਹੈ ਔਰ ਮੈਂ ਕਹਨੀ ਆ ਕਿ ਜੋ ਮਾਂ ਦੇ ਹੱਥ ਦਾ ਖਾਣਾ ਹੁੰਦਾ ਨਾ ਉਹਦੀ ਤੇ ਕਿਹਾਂ ਹੀ ਬਾਤ ਹੈ ਔਰ ਮਾਂ ਦਾ ਜਿਹੜਾ ਵੇ ਪੱਕਿਆ ਖਾਣਾ ਮੈਨੂੰ ਅਕਸਰ ਜਿਹੜਾ ਨਾ ਉਹ ਕਹਿੰਦੇ ਨੇ ਕਿ ਮੇਰੇ ਹੱਥੇ ਟੇਸ ਮੇਰੀ ਅੰਮੀ ਵਾਰਾ ਹੈ ਮਗਰ ਮੈਂ ਕਹਨੀ ਆ ਨਹੀਂ ਅੰਮੀ ਦੇ ਹੱਥੇ ਹੀ ਤੇ ਹੋਰ ਵੀ ਮਜ਼ੇਦਾਰ ਟੇਸ ਸੀ ਮੇਰੇ ਹੱਥੇ ਓਨਾ ਸ਼ਾਇਦ ਕੇ ਅੱਛਾ ਟੇਸ ਨਹੀਂ ਹੈ ਔਰ ਮਗਰ ਜੋ ਮੈਨੂੰ ਕਹਿੰਦੇ ਨੇ ਔਰ ਮੈਨੂੰ ਸੁਣ ਕੇ ਬੜੀ ਹੀ ਖੁਸ਼ੀ ਹੁੰਦੀ ਹੈ ਬੜਾ ਹੀ ਅੱਛਾ ਲੱਗਦਾ ਹੈ ਤੇ ਅਸੀਂ ਜੀ ਨਿਸ਼ਾਦ ਤੋਂ ਨਿਕਲੇ ਸਾਂ ਔਰ ਜਾਰੇ ਸਾਂ ਵਾਪਸ ਟੇਲਰ ਦੀ ਸ਼ਾਪ ਤੇ ਰਸਤੇ 'ਚ ਮੌਸਮ ਬੜਾ ਅੱਛਾ ਸੀ ਮੈਂ ਕਿਹਾ ਰਾਹ ਵੀ ਤੁਹਾਨੂੰ ਖਾਂਦੀ ਚੱਲਾ ਇਹ ਕਦੀ ਇਹੋ ਰਾਹ ਮੇਰੇ ਪਿੰਡ ਨੂੰ ਵੀ ਜਾਂਦਾ ਵੇ ਜਿੱਧਰੋਂ ਮੈਂ ਵਾਪਸ ਆ ਰਹੀ ਆ ਨਾ ਉਹੀ ਰਸਤਾ ਮੇਰੇ ਪਿੰਡ ਨੂੰ ਜਾਂਦਾ ਵੇ ਔਰ ਰਾਹ ਮੈਂ ਕਦੀ ਪਹੁੰਚ ਨਹੀਂ ਸਕਦੀ ਉਹ ਕੀ ਕਹਿੰਦੇ ਹੁੰਦੇ ਨੇ ਇੱਕ ਸ਼ੇਰ ਮੇਰੇ ਜ਼ੇਨ 'ਚ ਆ ਰਿਹਾ ਹੈ ਔਰ ਮੈਂ ਕੀ ਸੀ ਕਿ ਪਤਾ ਨਹੀਂ ਜ਼ੇਨ ਜੂ ਨਿਕਲ ਗਿਆ ਹੋਵੇ ਤੇ ਚਲੋ ਜੀ ਫਿਰ ਕਦੀ ਯਾਦ ਆਇਆ ਤੇ ਜ਼ਰੂਰ ਤੁਹਾਨੂੰ ਸ਼ੇਅਰ ਕਰਾਂਗੀ ਇਧਰ ਦੇਖੋ ਜੀ ਬੱਦਲ ਦੀਆਂ ਕਾਲੀਆਂ ਘਟਾਵਾਂ ਸਨ ਔਰ ਸ਼ਹਿਰ ਦੇ ਵਿੱਚ ਵੀ ਜਿਹੜਾ ਨਾ ਉਹ ਮਹਿੰਗਾਈ ਇਸ ਕਦਰ ਵੱਡ ਗਈ ਹੈ ਕਿ ਮੈਨੂੰ ਉਹ ਬੜਾ ਰਸ਼ ਜਿਹੜਾ ਹੈ ਨਾ ਉਹ ਨਜ਼ਰ ਨਹੀਂ ਆਉਂਦਾ ਅੱਲਾ ਮੀਆਂ ਰਹਿਮ ਕਰੇ ਸਭ ਦੇ ਉੱਤੇ ਆਪਣਾ ਕਰਮ ਕਰੇ ਸਿਸਟਮ ਚੱਲ ਰਿਹਾ ਨਾ ਉਹ ਖਵਾ ਕੇ ਸਭ ਨੂੰ ਸਵਾ ਰਿਹਾ ਵੇ ਕੋਈ ਵੀ ਦੁਨੀਆ ਤੇ ਭੁੱਖਾ ਨਹੀਂ ਸੌਂਦਾ ਤੇ ਲਿਹਾਜ਼ਾ ਜੀ ਅਸੀਂ ਇੱਥੇ ਰੁਕੇ ਸਾਂ ਗੋਰਮੇ ਤੇ ਗੋਰਮੇ ਤੁਸੀਂ ਦਰਨ ਮਨ ਨੂੰ ਕਿਹਾ ਕਿ ਬਾਜੀ ਅੰਡੇ ਲੈਣ ਵਾਲੇ ਨੇ ਮੈਂ ਕਿਹਾ ਚੱਲ ਜਾ ਗੋਰਮੇ ਤੂੰ ਜਾ ਕੇ ਨਾ ਦੂ ਲੈ ਆ ਤੇ ਨੈਸਟਲੇ ਦਾ ਦਹੀਂ ਵੀ ਲੈ ਆਈ ਨੈਸਟਲੇ ਦਾ ਦਹੀਂ ਉਹ ਤੁਸਾਨੂੰ ਮਿਲਿਆ ਕੋਈ ਨਾ ਅੰਡੇ ਇਹਨੂੰ ਮਿਲੇ ਤੇ ਅੰਡੇ ਲੈ ਕੇ ਅਸੀਂ ਘਰ ਵਾਲੇ ਪਾਸੇ ਜਿਹੜਾ ਸਾਂ ਉੜਪੁਰ ਤੇ ਔਰ ਕਰ ਜਾਂਦੇ ਜਾਂਦੇ ਆ ਯਾਦ ਆਇਆ ਕਿ ਮੈਂ ਅੱਜ ਜਿਹੜਾ ਨਾ ਉਹ ਕਿਉਂ ਨਾ ਕਿ ਸਟੇਕ ਬਣਾਵਾਂ ਔਰ ਇੱਥੋਂ ਚਿਕਨ ਲੈ ਲਵਾਂ ਖੈਰ ਸਟੇਕ ਤੇ ਬਣਾਣਾ ਸੀ ਔਰ ਨੀਅਤ ਵੀ ਸੀ ਮਗਰ ਸ਼ਾਇਦ ਕਿ ਉਹ ਲਾ ਦੀ ਜ਼ਾਤ ਨੇ ਜਿਹੜਾ ਬਿਨਾ ਉਹ ਉਦੇਸ਼ ਨਹੀਂ ਸੀ ਲਿਖਿਆ ਹੋਇਆ ਔਰ ਅਸੀਂ ਉਹਨੂੰ ਨਾ ਬਣਾ ਸਕੇ ਤੇ ਇਧਰੋਂ ਅਸੀਂ ਜਿਹੜਾ ਨਾ ਉਹ ਵਾਪਸ ਜਿਹੜਾ ਵੀ ਕਰਦੇ ਰਸਤੇ 'ਤੇ ਵਲ ਜਾ ਰਹੇ ਸਾਂ ਔਰ ਰਸਤੇ 'ਚ ਮੇਰਾ ਟੇਲਰ ਵੀ ਆ ਗਿਆ ਟੇਲਰ ਨੂੰ ਮੈਂ ਜਾ ਕੇ ਜਿਹੜਾ ਵੀ ਉਹ ਸਾਈਜ਼ ਦਿੱਤਾ ਇਹ ਟੇਲਰ ਮੈਂ ਆਪਣਾ ਪਹਿਲੇ ਵਾਰ ਜਿਹੜਾ ਸੀ ਉਹ ਨਹੀਂ ਇਹ ਹੋਰ ਟਰੇਲਰ ਹੈ ਔਰ ਇਹ ਜਿਹੜੇ ਟਰੇਲਰ ਨੇ ਇੱਥੇ ਇਹ ਉਹਨਾਂ ਦਾ ਸ਼ਾਗਿਰਦ ਖੜਾ ਸੀ ਖੁੱਦੋਂ ਨੀਸਨ ਖੜੇ ਮਨਵਰ ਪਾਈ ਇਹ ਮੇਰੀ ਅੰਮੀ ਦੇ ਟਰੇਲਰ ਹੁੰਦੇ ਸਨ ਔਰ ਮੈਂ ਜਦੋਂ ਉਹਨਾਂ ਨੂੰ ਗਈ ਹੁਣ ਤੇ ਉਹ ਵੀ ਖੈਰ ਵਿਚਾਰੇ ਅਸੀਂ ਇੰਨੀ ਉਮਰ ਨੂੰ ਪਹੁੰਚ ਗਏ ਤੇ ਉਹ ਵੀ ਬਜ਼ੁਰਗ ਹੋ ਚੁੱਕੇ ਸਨ ਤੇ ਮੈਂ ਜਦੋਂ ਅੰਮੀ ਦਾ ਨਾਮ ਲਿਆ ਤੇ ਉਹਨਾਂ ਨੇ ਬੜਾ ਹੀ ਮੈਨੂੰ ਜਿਹੜਾ ਵਿਓ ਇੱਜ਼ਤ ਦਿੱਤੀ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇਨਸ਼ਾਅੱਲਾ ਕਦੀ ਕੱਪੜੇ ਦੀ ਸ਼ਿਕਾਇਤ ਤੁਹਾਨੂੰ ਨਹੀਂ ਆਏਗੀ ਇੱਕ ਸੂਟ ਮੇਰੇ ਕੋਲ ਸਿਲ ਕੇ ਆ ਵੀ ਗਿਆ ਸੀ ਜੀ ਦੂਸਾਰੇ ਆ ਸਿਲ ਕੇ ਆ ਜਾਣਗੇ ਤੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਕੱਪੜੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਸਿੱਤੇ ਨੇ ਤੇ ਇੱਥੇ ਜੀ ਟੇਲਰ ਦੀ ਦੁਕਾਨ ਤੇ ਮੈਂ ਮਹਿਮਾਨ ਨਵਾਜ਼ੀ ਵੀ ਉਹਨਾਂ ਦੀ ਹੋ ਰਹੀ ਸੀ ਕੋਈ ਬੈਠੇ ਹੋਏ ਸਨ ਉਹਨਾਂ ਦੇ ਕਸਟਮਰ ਉਹਨਾਂ ਸਤੇ ਚਾਹੇ ਮੈਂ ਪੁੱਛੀ ਮੈਂ ਮਾਜ਼ਰਤ ਕੀਤੀ ਕਿ ਨਹੀਂ ਮੈਂ ਨਹੀਂ ਚਾਹੇ ਪੀਣੀ ਔਰ ਬਾਰਿਸ਼ ਵੀ ਉੱਥੇ ਬਹੁਤ ਤੇਜ਼ ਜਿਹੜੀ ਹੈ ਨਾ ਉਹ ਸ਼ੁਰੂ ਹੋ ਗਈ ਤੇ 10 ਮਿੰਟ ਜਿਹੜਾ ਸੀ ਜੀ ਅਸੀਂ ਉਹਦਾ ਫਿਰ ਉਹ ਵੇਟ ਕੀਤਾ ਕਿ ਜਦੋਂ ਬਾਰਿਸ਼ ਹਲਕੀ ਹੋਏ ਤੇ ਬਾਹਰ ਨਿਕਲੀਏ ਕਿ ਇਹ ਨਾ ਹੋਏ ਕਿ ਬਾਰਿਸ਼ ਜਿ ਪੇਜਦੇ ਪਜਾਂਦੇ ਅਸੀਂ ਘਰ ਪਹੁੰਚ ਕੇ ਆਪਣੇ ਔਰ ਇੱਥੇ ਜਿਹੜਾ ਸੀ ਮੈਂ ਉਹਨੂੰ ਦੱਸ ਰਹੀ ਸੀ ਕਿ ਮੈਨੂੰ ਇਹਦੀ ਲੰਬਾਈ ਚੈੱਕ ਕਰਕੇ ਦੱਸ ਕਿ ਇਹਦੀ ਲੰਬਾਈ ਜਿਹੜੀ ਹੈ ਉਹ ਕਿੰਨੀ ਹੋਏ ਕਿ ਲੰਬਾਈ ਜਿਹੜੀ ਹੈ ਨਾ ਉਹ ਮੇਰੀ ਉਹਦੇ ਤੋਂ ਘੱਟ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਤੇ ਇੱਥੇ ਜੀ ਲੰਬਾਈ ਜਿਹੜੀ ਉਹਨੇ ਉਹ ਕੀਤੀ ਉਸ ਤੋਂ ਬਾਅਦ ਅਸੀਂ ਟੇਲਰ ਦੀ ਸ਼ਾਪ ਵਿੱਚੋਂ ਜਿਹੜਾ ਵੀ ਉਹ ਨਿਕਲ ਰੇ ਸਾਂ ਮਗਰ بارش ਜਿਹੜੀ ਉਹ ਫਿਰ ਵੀ ਬੜੀ ਹੀ ਤੇਜ਼ ਰਫ਼ਤਾਰੀ ਦੇ ਵਿੱਚ ਜਾਰੀ ਸੀ ਤੇ ਇਹ ਦੇਖੋ ਬਾਜ਼ਾਰ ਦੀਆਂ ਗਲੀਆਂ ਜਿਹੜੀਆਂ ਨੇ ਨਾ ਉਹ ਵੀ ਸੁੰਸਾਨ ਨੇ ਕਿਉਂਕਿ ਲੋਕ ਜਿਹੜੇ ਨੇ ਕਰੋ ਜੀ ਤੂੰ ਕੁਝ ਖਰੀਦਣ ਵਾਸਤੇ ਨਿਕਲਦੇ ਨੇ ਤੇ ਨਾਲ ਇਹ ਵੀ ਸੋਚਦੇ ਨੇ ਕਿ ਜੇਬ 'ਚ ਕਿੰਨਾ ਪੈਸਾ ਵੇ ਰਸੀ ਨੂੰ ਕਿਸ ਤਰ੍ਹਾਂ ਖਰਚ ਕਰਨਾ ਪਹਿਲੇ ਬਲੀਆਂ ਗੱਲਾਂ ਤੇ ਹੈ ਹੀ ਨਹੀਂ ਨੇ ਉਤੇ ਖਾਅ ਵੀ ਲੱਗਦਾ ਵੇ ਤੇ ਇਹ ਦੇਖੋ بارش ਦੇ ਵਿੱਚ ਅਸੀਂ ਜੀ ਜਾ ਰਹੇ ਸਾਂ ਆਪਣੇ ਘਰ ਨੂੰ ਵਾਪਸ ਔਰ ਰਸਤੇ ਦੇ ਵਿੱਚ ਜਿਹੜਾ ਵੇ ਨਾ ਕੋਈ ਗਮਾ-ਗਮੀ ਨਹੀਂ ਸੀ ਇਹ ਨਹੀਂ ਸੀ ਕਿ بارش ਦੀ وجہ ਨਾਲ ਕੋਈ ਗਮਾ-ਗਮੀ ਜਿਹੜੀ ਉਹ ਨਹੀਂ ਸੀ ਔਰ ਇੱਥੇ ਜਿਹੜਾ ਵੇ ਸ਼ਾਪਸ ਜਿਹੜੀਆਂ ਨੇ ਉਹ ਬੜੀਆਂ ਚਮਕਾ ਵੀ ਰਹੀਆਂ ਸਨ ਕਿਉਂਕਿ ਬੱਦਲ ਦੀ وجہ ਨਾਲ ਜਰਾ ਥੋੜਾ-ਥੋੜਾ ਅੰਧੇਰਾ ਜਿਹੜਾ ਨਾ ਉਹ ਵੀ ਹੋਇਆ ਹੋਇਆ ਸੀ ਤੇ ਉਹਦੇ ਵਿੱਚ ਦੁਕਾਨਾਂ ਸਲਾਈਟਿੰਗ ਜਿਹੜੀ ਬੜੀ ਹੀ ਮੈਨੂੰ ਸੋਹਣੀ ਲੱਗ ਰਹੀ ਸੀ ਇਹ ਮੇਰੇ ਸ਼ਹਿਰ ਦੀ ਕਹਿ ਕਸ਼ਾਂ ਬੇਕਰੀ ਹੈ ਜੀ ਇੱਥੇ ਦੇ ਵੀ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਅੱਛੀਆਂ ਨੇ ਸਟਾਈਲੋ ਵੀ ਗੁਜ਼ਰੀਆ ਇੱਥੋਂ ਹੋਰ ਹੀ ਪਤਾ ਨਹੀਂ ਕਿਹੜੀ ਕਿਹੜੀ ਸ਼ਾਪਸ ਮੈਂ ਗੁਜ਼ਰ ਕੇ ਆਈ ਔਰ ਇਹ ਜਿਸ ਤਰ੍ਹਾਂ ਕਲਾਥ ਹਾਊਸ ਬੜੀ ਪੁਰਾਣੀ ਦੁਕਾਨ ਹੈ ਐ ਸਰਵਿਸ ਵਾਲਿਆਂ ਦੀ ਸ਼ਾਪ ਹੈ ਨਾਲ ਹੀ ਜਿਹੜਾ ਬੇਨਾ ਉਹ ਸਟਾਈਲੋ ਇਹਦੇ ਜਿਹੜਾ ਵੇ ਉਹ ਆ ਜਾਂਦਾ ਵੇ ਤੇ ਬਾਟਾ ਵੀ ਇਹਦੇ ਨਾਲ ਹੀ ਹੈ ਤੇ ਮੇਨ ਰੋਡ ਦੇ ਉੱਪਰ ਇਹ ਚੰ ਸ਼ਾਪਸ ਨੇ ਬੜੀਆਂ ਔਰ ਸਟਾਈਲੋ ਵਾਲਿਆਂ ਦੀ ਸ਼ਾਪ ਜਿਹੜੀ ਕਿਸੇ ਦਿਨ ਵਿਜ਼ਿਟ ਕਰਵਾਵਾਂਗੀ ਇਹਨਾਂ ਦੇ ਨਾਲ ਕੋਈ ਰੈਡੀ ਮੇਡ ਜਿਹੜੇ ਗਾਰਮੈਂਟਸ ਨੇ ਉਹ ਵੀ ਉੱਥੇ ਮੌਜੂਦ ਸਨ ਬੱਚਿਆਂ ਦੇ ਬੜੇ ਅੱਛੇ ਉੱਥੋਂ ਮਿਲਦੇ ਨੇ ਬੱਚਿਆਂ ਦੇ ਔਰ ਬੜੀ ਅੱਛੀ ਚੀਜ਼ਾਂ ਉੱਥੇ ਜਿਹੜੀਆਂ ਨੇ ਉਹ ਮਿਲਦੀਆਂ ਨੇ ਤੇ ਬਾਕੀ ਅਗਰ ਹੋਰ ਕਰਾਂਗੀ ਕਿ ਕਹਿੰਦੇ ਨੇ ਕਿ ਰਿਸ਼ਤੇ ਜਿਹੜੇ ਨੇ ਨਾ ਉਹ ਸੱਦ ਹੀ ਹੁੰਦੇ ਨੇ ਕਿ ਜੋ ਰਿਸ਼ਤੇ ਤੁਹਾਡੇ ਅਹਿਸਾਸ ਤੇ ਹੋਣ ਜੇ ਰਿਸ਼ਤਿਆਂ ਦੇ ਵਿੱਚ ਅਹਿਸਾਸ ਦਾ ਹੋਏ ਤੇ ਰਿਸ਼ਤਾ ਤੇ ਰਿਸ਼ਤਾ ਰਹਿੰਦਾ ਹੀ ਨਹੀਂ ਹੈ ਠੀਕ ਹੈ ਜੀ ਤੇ ਰਿਸ਼ਤੇ ਜਿਹੜੇ ਨਾ ਉਹਨਾਂ ਨੂੰ ਹਮੇਸ਼ਾ ਬਚਾ ਕੇ ਰੱਖੋ ਉਹਨਾਂ ਨੂੰ ਬੜੇ ਪਿਆਰ ਮੁਹੱਬਤ ਦੇ ਨਾਲ ਰੱਖੋ ਔਰ ਮੈਂ ਇੰਨਾ ਰਿਸ਼ਤੇ ਨੂੰ ਉਸ ਵਕਤ ਮੰਨੀ ਆ ਕਿ ਅਸੀਂ ਭੈਣ ਭਰਾ ਹੁੰਨੇ ਆ ਜਦੋਂ ਇੱਕ ਦੂਸਰੇ ਤੋਂ ਦੂਰ ਹੋ ਜਾਈਏ ਤੇ ਫੇਰ ਹੀ ਪਤਾ ਚੱਲਦਾ ਹੈ ਨਾ ਕਿ ਰਿਸ਼ਤਾ ਜਿਹੜਾ ਵੀ ਉਹ ਹੈ ਕੀ ਹੈ तो मैं अक्सर समटाइम सोचनी हाँ कि मैं अपने भा भरा बच्चों बहुत ज़्यादा प्यार है इन्ना प्यार है कि मैं बयान नहीं कर सकती और फिर मैं सोचनी हाँ कि रिश्ते जो मैं इन्होंने फुफी हाँ ये रिश्ते मेरे को भी तो है सन ना उन्होंने क्या मेरे वाली फीलिंग्स क्यों नहीं सन मेरिया फीलिंग्स इन ज़्यादा क्यों ने यानी कि मेरा भाई नहीं है और कुछ दिन गुजर जा ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਜਾਵਾ ਮੈਂ ਜਾ ਕੇ ਬੱਚਿਆਂ ਨੂੰ ਦੇਖਾਂ ਉਹਨਾਂ ਨੂੰ ਕਿਦਰੇ ਲੈ ਜਾਵਾਂ ਉਹਨਾਂ ਨੂੰ ਫਰਾਟ ਰਵਾ ਕੇ ਲੈ ਆਵਾਂ ਕਿ ਐ ਨਾ ਫੀਲ ਕਰਨ ਕਿ ਬਾਬਾ ਯਹਾਂ ਤੇ ਨਹੀਂ ਹੈ ਤੇ ਅਸੀਂ ਕਿਦਰੇ ਜਾ ਨਹੀਂ ਸਕਦੇ ਇਹ ਸਾਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਤੇ ਇਸੇ ਤਰ੍ਹਾਂ ਮੈਂ ਆਪਣੇ ਬਾਰੇ ਵੀ ਸੋਚਦੀ ਹੁੰਦੀ ਹਣੀ ਕਿ ਜਦੋਂ ਮੈਂ ਤੇ ਬਹੁਤ ਛੋਟੀ ਸਾਂ ਅੱਲਾ ਮੀਆਂ ਮੇਰੇ ਭਰਾ ਦੀ ਜ਼ਿੰਦਗੀ ਕਰੇ ਅੱਲਾ ਮੇਰੀ ਜ਼ਿੰਦਗੀ ਵੀ ਉਹਨੂੰ ਲਾਏ ਮੈਂ ਤੇ ਬਹੁਤ ਛੋਟੀ ਸਾਂ 3 ਸਾਲ ਦੀ ਸਾਂ ਜਦੋਂ ਅੱਬੂ ਚਲੇ ਗਏ ਤੇ ਕਿਆ ਜੋ ਮੇਰੇ ਰਿਸ਼ਤੇ ਸਨ ਕੀ ਉਹਨਾਂ ਦੀ ਵੀ ਕਦੀ ਫੀਲਿੰਗ ਸਾਡੇ ਵਾਸਤੇ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ ਤੇ ਫਿਰ ਸੋਚਣੀ ਹੈ ਕਿ ਅਗਰ ਹੁੰਦੀਆਂ ਹੁੰਦੀਆਂ ਤੇ ਸਾਨੂੰ ਵੀ ਪਤਾ ਹੁੰਦਾ ਕਿ ਕੋਈ ਹੈ ਵੇ ਮਗਰ ਨਹੀਂ ਉਹ ਮੇਰਾ ਮਾਲਕ ਸੀ ਉੱਪਰ ਉਹ ਅੱਲਾਹ ਸੀ ਉੱਪਰ ਜਿਨੇ ਸਾਨੂੰ ਬਹੁਤ ਛੋਟੇ ਯਤਿਮ ਬੱਚਿਆਂ ਨੂੰ ਪਾਲ ਕੱਢਿਆ ਔਰ ਮੇਰੀ ਮਾਂ ਦੀ ਮਿਹਰਬਾਨੀ ਸੀ ਅੱਲਾ ਮੀਆਂ ਸਤ ਸਤ ਕਰ ਜਿਹੜਾ ਵੀ ਨਾ ਉਹ ਜਨਤਾ ਦੇ ਵਿੱਚ ਉਹਨਾਂ ਦਾ ਕਾਰ ਕਰੇ ਕਿ ਮੇਰੀ ਮਾਂ ਨੇ ਸਾਨੂੰ ਇੰਨੇ ਖੂਬਸੂਰਤ ਤਰੀਕੇ ਨਾਲ ਪਾਲਿਆ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿਸ ਤਰ੍ਹਾਂ ਬੜੇ ਹੋ ਗਏ ਅਸੀਂ ਕਦੋਂ ਐਨੇ ਜੋਗੇ ਹੋਏ ਔਰ ਕਦੋਂ ਇਸ ਤਰ੍ਹਾਂ ਹੋ ਗਿਆ ਕਿ ਮਾਂ ਦਾ ਸਾਥ ਸਾਡੇ ਸਾਥੋਂ ਨੂੰ ਛੁੱਟ ਗਿਆ ਮੈਂ ਕਦੀ ਯਾਦ ਕਰਨੀ ਹੈ ਯਕੀਨ ਕਰੋ ਕਿ ਮੈਂ ਹਕੀਕਤ ਬਿਆਨ ਕਰ ਰਹੀ ਹਾਂ ਕਿ ਮੈਂ ਕਦੀ ਐਨਾ ਰੋ ਪੈਨੀਆ ਐਨਾ ਰੋ ਪੈਨੀਆ ਕਦੀ ਕੀ ਡੇਲੀ ਦੀ ਰੁਟੀਨ ਹੈ ਮੇਰੀ ਕਿ ਮੈਨੂੰ ਮੇਰੀ ਮਾਂ ਇੱਕਦਮ ਮੇਰੇ ਦਿਮਾਗ ਚ ਚੰਦੀ ਹੈ ਤੇ ਮੈਂ ਕਹਨੀ ਹਾਈ ਅੰਮੀ ਕਿੱਥੇ ਚਲੇ ਗਏ ਹਾਈ ਅੰਮੀ ਕਿੱਥੇ ਚਲੇ ਗਏ ਕਿਉਂਕਿ ਆਪਣੀ ਮਾਂ ਦੀ ਇੱਕ ਆਪਣੀ ਹੀ ਗੱਲ ਹੁੰਦੀ ਹੈ ਅਰਾਜੇ ਤੋਂ ਮੇਰੇ ਪਾਈ ਦੇ ਬੱਚੇ ਨੇ ਤੇ ਮੈਂ ਸੋਚ ਰਹੀ ਆ ਕਿ ਅੰਮੀ ਹੁੰਦੇ ਤੇ ਅੰਮੀ ਇਹਨਾਂ ਨੂੰ ਵੇਖ-ਵੇਖ ਕੇ ਕਿੰਨਾ ਖੁਸ਼ ਹੁੰਦੇ ਅੰਮੀ ਤੇ ਜਾਨ ਆਪਣੀ ਨਾਲ ਤੇ ਨਿਛਾਬਰ ਕਰ ਦਿੰਦੇ ਮੇਰੀ ਅੰਮੀ ਦੀ ਆਦਤ ਹੁੰਦੀ ਸੀ ਬਹੁਤ ਸਵੇਰ ਉੱਠਣਾ ਮੇਰੀ ਮਾਂ ਨੇ ਨਮਾਜ਼ ਪੜਨੀ ਕੁਰਾਨ ਪੜਨਾ ਮੈਨੂੰ ਅਜ ਵੀ ਯਾਦ ਹੈ ਮੈਂ ਸੁੱਤੀ ਹੁੰਦੀ ਸਾਂ ਤੇ ਕੁਰਾਨੇ ਪਾਕ ਦੀ ਆਵਾਜ਼ ਅੰਮੀ ਦੀ ਤਰਾਨਤ ਦੀ ਮੇਰੇ ਕੰਨਾਂ ਦੇ ਵਿੱਚ ਆਉਂਦੀ ਸੀ ਉਸ ਤੋਂ ਬਾਅਦ ਸਾਡੇ ਘਰ ਬਾਰੂ ਮਲਾਜ਼ਮਾਂ ਨੇ ਮੱਜਾਂ ਚੋਕੇ ਲੈ ਕੇ ਆਣੀਆਂ ਫਿਰ ਉਸ ਤੋਂ ਬਾਅਦ ਦੁੱਧ ਨੂੰ ਪੜਿਆ ਜਾਣਾ ਉਹਨੂੰ ਕੜਨ ਵਾਸਤੇ ਰੱਖਣਾ ਫਿਰ ਚਾਹ ਬਣਨੀ ਔਰ ਅੰਮੀ ਨੇ ਸਤੀ ਸਵੇਰੇ ਹੀ ਨਾ ਚਾਹ ਸ਼ਾ ਬਣਾ ਕੇ ਔਰ ਕੋਸ਼ਿਸ਼ ਹੁੰਦੀ ਸੀ ਕਿ ਮੈਂ ਸੁੱਤੀ ਆ ਮੈਨੂੰ ਵੀ ਉਠਾ ਕੇ ਕਹਿਣਾ ਚਾਹ ਪੀ ਮੇਰੇ ਭਾਈ ਨੂੰ ਵੀ ਉਠਾਣਾ ਤੇ ਜੇ ਮੈਂ ਕਹਿੰਨੀਆ ਮੇਰੇ ਭਰਾ ਦੇ ਬੱਚੇ ਸਨ ਨਾ ਤੇ ਅੰਮੀ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਚੇ ਲੱਗਣ ਦੇਣਾ ਸਵੇਰੇ ਸਵੇਰ ਨਾਲ ਨਾਸ਼ਤੇ ਨੂੰ ਨਿਸ਼ਤੇ ਕਰਾ ਕੇ ਵੀ ਤੇ ਉਹਨਾਂ ਨੇ ਵਿਲੇ ਹੋਏ ਹੋਣਾ ਸੀ ਔਰ ਮਾਪੇ ਦੀ ਖਰਚ ਇੱਕ ਆਪਣੀ ਰੌਣਕੇ ਨੂੰ ਤੇ ਸਸਤੀ ਕਹਿੰਦੇ ਨੇ ਨਹੀਂ ਬਣਦੀ ਮਗਰ ਇੰਨਾ ਸਸਾਂ ਦੇ ਨਾਲ ਵੀ ਕਾਰਜ ਵਿੱਚ ਰੌਣਕ ਹੁੰਦੀ ਹੈ ਕਿਉਂਕਿ ਇਹ ਬਜ਼ੁਰਗ ਨੇ ਇਕ ਆਦੀਆਂ ਰੌਣਕਾਂ ਨੇ ਉਹਨਾਂ ਦੇ ਪੁੱਤਰਾਂ ਤੇ ਉਹਨਾਂ ਦਾ ਹੱਕ ਵੇ ਮੁਕੰਮਲ ਕਿਉਂਕਿ ਇੱਕ ਮਾਂ 9 ਮਹੀਨੇ ਆਪਣੇ ਬੱਚੇ ਨੂੰ ਪੇਟ ਵਿੱਚ ਪਾਲਦੀ ਹੈ ਮਾਂ ਦਾ ਹੱਕ ਬਣਦਾ ਆਪਣੇ ਬੇਟੇ ਤੇ ਤੇ ਆਣ ਵਾਲੀਆਂ ਜਿਹੜੀਆਂ ਬੇਟੀਆਂ ਹੁੰਦੀਆਂ ਨਾ ਉਹਨਾਂ ਨੂੰ ਵੀ ਦਿਲ ਵੱਡੇ ਕਰਨੇ ਚਾਹੀਦੇ ਨੇ ਕਿ ਮੈਂ ਅਕਸਰ ਮਾਵਾ ਨੂੰ ਰੋਂਦੇ ਹੋਇਆ ਕਿਸੇ ਵੀਡੀਓ 'ਚ ਦੇਖਨੀ ਆ ਕਿ ਬੇਟੇ ਦੀ ਸ਼ਾਦੀ ਹੋਈ ਉਸ ਤੋਂ ਬਾਅਦ ਉਹਨੇ ਮੈਨੂੰ ਪੁੱਛਣਾ ਹੀ ਛੋੜ ਦਿੱਤਾ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰੀ ਮਾਂ ਵੀ ਹੈ ਤੇ ਮੈਂ ਉਹਨਾਂ ਬੇਟਿਆਂ ਨੂੰ ਇਹ ਜ਼ਰੂਰ ਕਮਾਵਾਂਗੀ ਕਿ ਇਹਨਾਂ ਮਾਵਾ ਨਾਲ ਹੀ ਬਖਤ ਲੱਗਦੇ ਨੇ اگر ਤੁਹਾਡੇ ماں باپ ਤੋਂ ਨਾ ਗਰਦ ਵੀ ਕਰਨ ਨਾ ਤੇ ਅੱਲਾਹ ਦਾ ਤੇ ਉਹਨਾਂ ਦਾ ਮਾਮਲਾਵੇ ਤੁਸੀਂ ਉਹਨਾਂ ਦੇ ਅੱਗੇ ਬਿਲਕੁਲ ਵੀ ਉਹਨਾਂ ਦੀ ਹੁਕਮ ਅਦੂਲੀ ਨਾ ਕਰੋ ਵਰਨਾ ਗੁਨਾਹ ਦੇ ਜ਼ਿਮਰੇਚ ਆ ਜਾਓ ਕਿ ਤੇ ਐ ਜੀ ਅਸੀਂ ਘਰ ਆਏ ਤੇ ਅੱਗੇ ਬਿੱਲੀ بیگم ਜਿਹੜੀ ਹੈ ਨਾ ਬੜੇ ਮਜ਼ੇ ਨਾਲ ਬੈਠ ਸਕਦੀ ਸੀ اور Sidra ਦਾ ਹਾਸਾ ਨਹੀਂ ਸੀ ਬੰਦ ਹੋ ਰਿਹਾ ਮੈਨੂੰ ਕਹਿਤੀ ਹੈ ਕਿ ਬਿੱਲੀ ਲੰਮੀ ਪਈ ਹੈ بس ਉਧਰੋਂ ਮੈਂ ਵਾਪਸ ਆਈ ਤੇ ਮੇਰੀ ਭਾਬੀ ਦਾ ਫੋਨ ਆਇਆ ਕਿ ਮੈਂ ਮੈਂ ਖਤਮ ਦਿਲਾ ਰਹੀ ਹੂੰ ਤਾਂ ਆ ਜੇ ਆਪ ਵੀ ਮੈਂ ਕਿਹਾ ਅੱਛਾ ਚਲੋ ਮੈਂ ਫਿਰ ਜਿੱਕਰੋਂ ਨਿਕਲੀ ਇਥੋਂ ਬੱਚਿਆਂ ਵਾਸਤੇ ਗਰਮ ਗਰਮ ਲਈਆਂ ਜਲੇਬੀਆਂ ਮੇਰਾ ਤਲਹਾ ਤੇ ਇਸ਼ਾ ਜਿਹੜਾ ਨਾ ਇਹ ਦੋਨੋਂ ਮਿੱਠੇ ਦੇ ਬੜੇ ਸ਼ੌਕੀਨ ਹੈਗੇ ਨੇ ਤੇ ਉਹਨਾਂ ਵਾਸਤੇ ਮੈਂ ਇਥੋਂ ਜਲੇਬੀਆਂ ਲਈਆਂ ਨਾਲ ਬਾਬਾ ਜੀ ਇੱਕ ਬੈਠੇ ਹੋ ਸੰਜੁਤੀਆਂ ਜਿਹੜੀਆਂ ਨੇ ਉਹ ਬਣਾਉਂਦੇ ਸਨ ਤੇ ਉਹਨਾਂ ਨਾਲ ਵੀ ਥੋੜੀ ਸਲਾਮ ਦੁਆ ਕੀਤੀ ਔਰ ਅੱਲਾ ਦੀ ਜਾਤ ਇਹੋ ਜਿਹੇ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਉਨਾਂ ਨੂੰ ਹਰ ਕਿਸਮ ਦੀ ਤਕਲੀਫ ਤੋਂ ਮੇਰਾ ਸੋਹਣਾ ਰੱਬ ਬਚਾਵੇ ਕਿਉਂਕਿ ਇਹ ਉਮਰ ਤੇ ਉਹਨਾਂ ਦੀ ਆਰਾਮ ਦੀ ਹੁੰਦੀ ਹੈ ਮਗਰ ਸ਼ਾਇਦ ਕਿ ਕਿਸੇ ਦਾ ਕੋ ਕਮਾਨਵਰਾ ਨਹੀਂ ਹੋਏਗਾ ਕਿ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੋਏਗਾ ਤੇ ਇਸ ਉਮਰ 'ਚ ਵੀ ਇਸ ਬਾਰਿਸ਼ 'ਚ ਵੀ ਬੈ ਕੇ ਬਾਹਰ ਆਪਣੇ ਰੋਜ਼ੀ ਰਿਸਕ ਦਾ ਇੰਤਜ਼ਾਮ ਕਰਦੇ ਸਨ ਤੇ ਇੱਥੋਂ ਜੀ ਅਸੀਂ ਜਾ ਰਹੇ ਸਾਂ ਉਧਰ ਪਾਈ ਦੇ ਘਰ ਕਿਉਂਕਿ ਉਧਰ ਬੱਚੇ ਜਿਹੜੇ ਸਨ ਉਹ ਇੰਤਜ਼ਾਰ ਕਰ ਰਹੇ ਸਨ ਕਿ ਜੀ ਪੁੱਪੋ ਨੇ ਆਣਾ ਤੇ ਸ਼ੁਕਰ ਅਲhamdulillah ਕਿ ਅਗਰ ਮੈਂ ਆਪਣੇ ਬੱਚਿਆਂ ਨਾਲ ਇੰਨਾ ਪਿਆਰ ਕਰਨੀ ਆ ਤੇ ਮੇਰੇ ਭਰਾ ਦੀ ਕੁਲਾ भी मेरे बहुत प्यार कर दी है कि मैंने कह पुपो यहाँ पे रह जाए पुपो आपने तो कहा था मैं रहने के लिए आऊँगी तो मैं कहनी हूँ बेटा फिर मैं आवी रवी मैं थोड़े को बस ये कि मैं कहनी हूँ कि अल्लाह मेरे बहुत दबे अल्लाह का शुक्र है कि उन्होंने अल्लाह ने दिता हो मगर मेरी जी एक रीझ होंगी है ना ਉਹ ਨਹੀਂ ਪੂਰੀ ਹੁੰਦੀ ਮੇਰਾ ਬਸ ਚਰੇ ਤੇ ਮੈਂ ਦੁਨੀਆ ਜਾਣ ਦੀ ਹਰ ਨਿਮਤ ਨੌਸ ਤੇ ਲੈ ਕੇ ਪਹੁੰਚ ਜਾਵਾਂ ਕਿਉਂਕਿ ਅਗਰ ਵੇਖਿਆ ਜਾਏ ਤੇ ਮੈਂ ਹੀ ਉਹਨਾਂ ਦੀ ਫੁੱਫੀ ਮੈਂ ਹੀ ਉਹਨਾਂ ਦੀ ਦੀਦਾਦੀ ਮੈਂ ਹੀ ਉਹਨਾਂ ਦਾ ਦਾਦਾ ਮੈਂ ਹੀ ਉਹਨਾਂ ਦਾ ਚਾਚਾ ਔਰ ਸਮਝੋ ਤੇ ਫੁੱਫੀਆਂ ਤੁਹਾਡੀਆਂ ਜਿਹੜੀਆਂ ਨਾ ਉਹ ਤੁਹਾਡਾ ਬਾਪ ਹੀ ਹੁੰਦੀਆਂ ਨੇ ਤੇ ਕਦੀ ਕਿਸੇ ਦਾ ਦਿਲ ਨਾ ਦੁਖਾਓ ਕਦੀ ਕਿਸ ਨੂੰ ਤਕਲੀਫ ਨਾ ਦਿਓ ਬਸ ਇਹੋ ਚੀਜ਼ੀ ਲੈਕਿ ਇਨਸਾਨ ਜਿਹੜਾ ਨਾ ਉਤਰਦਾ ਮੇਰਾ ਦਿਲ ਕੋ ਦੁਖਾਇ ਵੀ ਲਵੇ ਤੇ ਮੈਂ ਕਰਨੀਏ ਕੋਈ ਕਰਨੀਏ ਅੱਲਾ ਪਰਾ ਕਰੇ ਤੇ ਇੱਥੇ ਜੀ ਮੇਰੀ ਭਾਬੀ ਜਿਹੜੀ ਸੀ ਉਹ ਬਣਾ ਰਹੀ ਸੀ ਬੀਫ ਦਾ ਪਲਾਉ ਉਹਨੇ ਅਜ ਖਤਮ ਦਿਲਾਣਾ ਸੀ ਔਰ ਉਹਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਵੀ ਇੱਧਰ ਹੀ ਆ ਜਾਓ ਤੇ ਖਤਮ ਦਵਾਨੇ ਹੈ ਗਿਆ ਮੈਂ ਖਤਮ ਵਾਸਤੇ ਫਿਰ ਉਤਰ ਘਰ ਮੈਂ ਗਈ ਬੱਚੇ ਵੀ ਖੁਸ਼ ਹੋ ਗਏ ਉਹਨਾਂ ਨਾਲ ਵੀ ਗੱਪ-ਸ਼ਪ ਜਿਹੜੀ ਉਹ ਚੀ ਲਗਾਈ ਔਰ ਭਾਬੀ ਮੇਰੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਸਾਨੂੰ ਹੁੰਦੀਆਂ ਰੀਆਂ ਔਰ ਉਹ ਥੋੜੀ ਸਾਰੀ ਨਾ ਕੁਝ ਦਿਨਾਂ ਤੋਂ ਉਦਾਸ ਉਦਾਸ ਹੋਈ ਹੋਈ ਹੈ ਜ਼ਾਹਿਰ ਜ਼ਿੰਦਗੀ ਦਾ ਸਾਥੀ ਕੋਲ ਨਾ ਹੋਵੇ ਤੇ ਉਦਾਸੀ ਤੇ ਹੋ ਹੀ ਜਾਂਦੀ ਹੈ ਨਾ ਉਹਦੇ ਬਿਨਾਂ ਘਰ ਵਿੱਚ ਰੌਣਕ ਤੇ ਨਹੀਂ ਰਹਿੰਦੀ ਬੇਰੌਣਕ ਹੀ ਰਹਿੰਦੀ ਹੈ ਤੇ ਮੈਨੂੰ ਉਹਨੂੰ ਵੇਖ ਕੇ ਨਾ ਤੇ ਤਕਲੀਫ ਵੀ ਹੁੰਦੀ ਹੈ ਕਿਉਂਕਿ ਅਸੀਂ ਆਪਣੀ ਅੰਮੀ ਨੂੰ ਦੇਖਿਆ ਅੱਬੂ ਤੋਂ ਬਿਨਾਂ ਔਰ ਬਹੁਤ ਕੁਝ ਉਹਨਾਂ ਨੇ ਫੇਸ ਕੀਤਾ ਤੇ ਸ਼ੁਕਰ ਅਲhamdulillah ਮੈਂ ਫਿਰ ਕਮਾਂਗੀਲਾ ਮੇਰੇ ਭਰਾ ਦੀ ਜ਼ਿੰਦਗੀ ਕਰੇ ਉਸ ਲਾਮਤ ਰਵੇ ਆਪਣੇ ਬਾਲ ਬੱਚਿਆਂ ਦੇ ਆਪਣੀ بیوی ਦੇ ਸਿਰ ਤੇ ਔਰ ਮੇਰੇ ਬੱਚੇ ਕਦੀ ਵੀ ਕਿਸੇ ਦੁੱਖ ਵਿੱਚ ਔਰ ਕਿਸੇ ਤਕਲੀਫ ਤੇ ਵਿਚ ਨਾ ਮੇਰਾ ਬੜਾ ਨੇਕ ਔਰ ਸ਼ਰੀਫ ਜਿਆ ਇਨਸਾਨ ਹੈ ਮਤਲਬ ਮੈਂ ਤੁਹਾਨੂੰ ਉਹਦੀ ਸ਼ਰਾਫਤ ਦੀ ਕਿਹੜੀ ਕਿਹੜੀ ਹੱਥ ਸੁਣਾਵਾਂ ਕਿ ਉਹਨੇ ਕਦੀ ਜ਼ਿੰਦਗੀ ਵਿੱਚ ਕਿਸੇ ਦਾ ਨੁਕਸਾਨ ਨਹੀਂ ਕੀਤਾ ਤੇ ਲੋਕਾਂ ਨੇ ਉਹਦੇ ਲੱਖਾਂ ਕਰੋੜਾਂ ਦੇ ਨੁਕਸਾਨ ਕਰਤੇ ਤੇ ਬੰਦਾ ਇੰਨਾ ਸਿੱਧਾ ਵੀ ਨਾ ਹੋਵੇ ਮਗਰ ਉਹ ਹੈ ਹੀ ਇਸ ਨੇਚਰ ਦਾ ਤੇ ਮੇਰਾ ਰੱਬ ਇਨਸ਼ਾਅੱਲਾ ਉਹਦੇ ਬਖਤ ਉੱਚਾ ਕਰੇਗਾ ਦੁਨੀਆ ਦੇਖੇਗੀ ਕਿਉਂਕਿ ਅੱਲਾਹ ਕਹਿੰਦਾ ਜੇ ਤੂੰ ਤੁਸੀਂ ਕਿਸੇ ਨੂੰ ਤਕਲੀਫ ਨਹੀਂ ਨਾ ਦਿੰਦੇ ਤੁਹਾਡੀ ਗ਼ਜ਼ਮਾਇਸ਼ ਇੰਤਿਹਾਨ ਤੇ ਹੋ ਸਕਦਾ ਵੇ ਨਗਰ ਅੱਲਾਹ ਦੀ ਜ਼ਾਤ ਆਪਣੇ ਬੰਦੇ ਦੇ ਨਾਲ ਬੁਰਾ ਨਹੀਂ ਕਰ ਸਕਦੀ ਕੁਝ ਤੇ ਸਾਡੇ ਅਮਾਲ ਹੁੰਦੇ ਨੇ ਜਿਹੜੇ ਸਾਡੇ ਅੱਗੇ ਆਉਂਦੇ ਨੇ ਔਰ ਕੁਝ ਅੱਲਾਹ ਆਪਣੇ ਨੇਕ ਬੰਦਿਆਂ ਦੀ ਜਣਾ ਨਾ ਅਜ਼ਮਾਇਸ਼ ਚੋਂ ਨਬਾਦ ਹੁੰਦਾ ਕਿ ਮੈਂ ਦੇਖਾਂ ਮੇਰਾ ਬੰਦਾ ਕੀ ਕਰਦਾ ਹੈ ਔਰ ਮੈਕੈਨਿਕ ਸ਼ੁਕਰ ਅਲhamdulillah ਮੈਂ ਬਿਮਾਰ ਹੋਈਆਂ ਕੁਛ ਵੀ ਹੋਇਆ ਮੇਰਾ ਇੱਕ ਹੀ ਲਫਜ਼ ਹੁੰਦਾ ਕਿ ਯਾ ਅੱਲਾ ਮੈਂ ਤੇਰੀ ਰਜ਼ਾ ਚ ਰਾਜ਼ੀ ਹੈ ਯਾ ਅੱਲਾ ਦੀ ਰਜ਼ਾ ਦੇ ਵਿੱਚ ਰਾਜ਼ੀ ਵੀ ਰਹਿਣਾ ਚਾਹੀਦਾ ਵੇ ਤੇ ਇੱਥੇ ਬਣ ਰਹੇ ਸੰਜੀ ਚਾਵਲ ਅੱਜ ਮੇਰੀ ਭਾਬੀ ਨੇ ਸਰਸੋਂ ਦੇ ਤੇਲ ਦੇ ਵਿੱਚ ਚਾਵਲ ਬਣਾਏ ਔਰ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਸਰੋਂ ਦੇ ਤੇਲ ਦੇ ਵਿੱਚ ਮੈਂ ਕਿਹਾ ਜਿਹੜਾ ਨਾ ਉਹ ਬਣਾਓ ਤੇ ਉਹ ਜਿਹੜਾ ਉਹਨੇ ਬਣਾਏ ਇੱਕ ਦਫਾ ਪਹਿਲਾਂ ਮੇਰੇ ਘਰ 'ਚ ਉਹਨੇ ਖਾਦੇ ਨੇ ਔਰ ਉਹਨੇ ਮੈਨੂੰ ਕਿਹਾ ਕਿ ਇਹਦੇ ਵਿੱਚ ਬਿਲਕੁਲ ਵੀ ਕੋਈ ਸਮੈਲ ਜਿਹੜੀ ਹੈ ਨਾ ਉਹ ਨਹੀਂ ਹੈ ਔਰ ਬੱਚਿਆਂ ਨੇ ਵੀ ਅੱਜ ਖਾਏ ਤੇ ਬੱਚਿਆਂ ਨੇ ਵੀ ਕਿਹਾ ਕਿ ਪੁੱਪੋ ਜੀ ਤੋਂ ਬਹੁਤ ਮਜ਼ੇ ਕੇ ਬਣੇ ਆ ਤੇ ਇੱਥੇ ਜਿਉ ਚਾਪਲਾਂ ਲਗਾ ਲਈ ਸੀ ਦਮ ਬੱਚੇ ਮੇਰੇ ਨਾਲ ਆ ਰਹੇ ਸਨ ਗੱਪਸ਼ਪ ਤੇ ਈਸ਼ਲ ਮੇਰੇ ਵਾਸਤੇ ਲੈ ਕੇ ਆਈ ਪਾਪੜ लोकल पापड़ सन उत लिखिया कि खट्टा पापड़ <laughs> खट्टा पापड़ ओ तो कहती सी पुप्प खट्टा है मैं कह बेटे खट्टा नहीं है खट्टा पापड़ लिखा हुआ इसके ऊपर ਤੇ ਇੱਥੇ ਜੀ ਕਿਚਨ ਦੇ ਵਿੱਚ ਕੰਮ ਹੋ ਰਿਹਾ ਸੀ ਨਾਲ ਅਦਰ ਇਸ਼ਾਰ ਆ ਗਈ ਇਸ਼ਾਰਾ ਕੇ ਮੈਨੂੰ ਆਪਣੀ ਕੋਈ ਗੱਲਾਂ ਸੁਣਾ ਰਹੀ ਸੀ ਕੋਈ ਨੇਬਰਸ ਦੇ ਬਾਰੇ ਵਿੱਚ ਗੱਲ ਕਰ ਰਹੀ ਸੀ ਮੇਰੇ ਨਾਲ ਤੇ ਬਸ ਇਸੇ ਤਰ੍ਹਾਂ ਹੀ ਭੋਲੀਆਂ ਭੋਲੀਆਂ ਤੇ ਮਾਸੂਮ ਮਾਸੂਮ ਗੱਲਾਂ ਬੱਚ ਜਾਂਦੀਆਂ ਬੜੀਆਂ ਹੀ ਸੋਹਣੀਆਂ ਲੱਗਦੀਆਂ ਨੇ ਤੇ ਮੈਨੂੰ ਮੇਰੀ ਭਾਬੀ ਨੇ ਦੱਸਿਆ ਕਿ ਰਾਤੀਤਲਾ ਜਿਹੜਾ ਨਾ ਇਹਦੇ ਬਾਬਾ ਦਾ ਫੋਨ ਆਇਆ ਔਰ ਗੱਲ ਨਹੀਂ ਸੀ ਕਰ ਰਿਹਾ ਆਪਣੇ ਬਾਪ ਦੇ ਨਾਲ ਤੇ ਪਰੇ ਮੂੰਹ ਕਰਕੇ ਰੋਂਦਾ ਜਾਂਦਾ ਸੀ ਤੇ ਮੈਂ ਮੈਨੂੰ ਉਸ ਟਾਈਮ ਬਹੁਤ ਤਕਲੀਫ ਹੋ ਰਹੀ ਸੀ ਕਿ ਸਦਕੇ ਜਾਵਾਂ ਇਹ ਪਹਿਲੀ ਦਫਾ ਆਪਣੇ ਬਾਪ ਤੋਂ ਇੰਨੀ ਦੂਰ ਦਿਨ ਬੱਚੇ ਦੂਰ ਰਹੇ ਨੇ ਔਰ ਬਾਪ ਵੀ ਆਪਣੇ ਬੱਚਿਆਂ ਤੋਂ ਦੂਰ ਵੇ ਉਥੇ ਇੱਕ ਸੈਕਿੰਡ ਦਾ ਆਪਣੇ ਬੱਚਿਆਂ ਦਾ ਵਸਾ ਨਿਕੰਦਾ ਤੇ ਇੱਥੇ ਜੀ ਸ਼ਾਮ ਨੂੰ ਪਲਾਨ ਕੀਤਾ ਬੱਚਿਆਂ ਨੇ ਕਿ ਪਪੂ ਹਮੇ ਰਿਕਸ਼ੇ 'ਚ ਮੇ ਲੇਕੇ ਜਾਏ ਅੱਜ ਮੌਸਮ ਬੜਾ ਅੱਛਾ ਹੈ ਮੈਂ ਕਿਹਾ ਚਲੋ ਜੀ ਤੇ ਇਹਨਾਂ ਨੂੰ ਲੈ ਕੇ ਅਸੀਂ ਨਿਕਲੇ ਅਸਾਂ ਜ਼ਰਾ ਬਾਹਰ ਔਰ ਕਾ ਤੁ ਥੋੜਾ ਦੂਰੀ ਅਸੀਂ ਗਏ ਤੇ ਇੱਕ ਰਾਜੀ ਹੋਟਲ ਹੈ ਉੱਥੇ ਬੜਾ acha ਸੈਟਅਪ ਲੱਗਾ ਸੀ ਉੱਥੇ ਹੀ ਅਸੀਂ ਰਿਕਸ਼ਾ ਖੜਾ ਕੀਤਾ ਬੱਚਿਆਂ ਨੂੰ ਉੱਥੇ ਬਾਰ ਬਿਠਾਇਆ ਔਰ ਉਹਨਾਂ ਨੂੰ ਪੁੱਛਿਆ ਜੀ ਆਈਸਕ੍ਰੀਮ ਤੇ ਉਹਨਾਂ ਨੇ ਕਿਹਾ ਜੀ ਆਈਸਕ੍ਰੀਮ ਤੇ ਹਜ਼ਰ ਥੋੜੀ ਦੇਰ ਪੇ ਤੇ ਬਾਕੀ ਕੋਈ ਜੂਸ ਸ਼ੇਕ ਇਹ ਵੋ ਕੋਈ ਵੀ ਲੈਣਾ ਚਾਹੋ ਤੇ ਬੱਚਿਆਂ ਨੇ ਕਿਹਾ ਨਹੀਂ ਅਸੀਂ ਖਾਣੀ ਹੈ ਵਾਲਜ਼ ਦੀ ਆਈਸਕ੍ਰੀਮ ਮੇਰੀ ਭਾਬੀ ਨੇ ਕਿਹਾ ਜੀ ਮੈਂ ਤੇ ਪੀਣੀ ਹੈ ਚਾਹੇ ਮੈਂ ਵੀ ਆਪਣੇ ਮਸਤੇ ਕੀ ਚਾਹੇ ਅਸੀਂ ਆਪਣੀ ਚਾਹ ਆਰਡਰ ਕੀਤੀ ਬੱਚਿਆਂ ਵਾਸਤੇ ਬਾਲਸ ਆਈਸਕ੍ਰੀਮ ਜਿਹੜੀ ਹੈ ਨਾ ਉਹ ਸਿਦਰਾ ਤੇ ਈਸ਼ਲ ਦੋਨੋਂ ਲੈ ਕੇ ਆਈਆਂ ਔਰ ਇਨਾਂ ਨੇ ਆਪਣੀ ਆਈਸਕ੍ਰੀਮ ਬੜੀ ਸੀ ਉਹ ਇੰਜੋਏ ਕੀਤੀ ਤੇ ਈਸ਼ਲ ਨੂੰ ਅੱਜ ਥੋੜਾ ਜਿਹਾ ਅਸੀਂ ਸਮਝਾ ਰਹੇ ਸੀ ਕਿ ਮੁਹਰਮੇ ਤੇਰੀ ਬਰਥਡੇ ਦਾ ਇਸ ਤਰ੍ਹਾਂ ਕਰਨੇ ਆ ਕਿ ਤੇਨੂੰ ਲੈ ਜਾਵਾਂਗੇ ਕਿਸੇ ਜਗ੍ਹਾ ਤੇ ਉੱਥੇ ਜਾ ਕੇ ਪੀਜ਼ਾ ਇਹ ਚੀਜ਼ ਚੀਜ਼ਾਂ ਜੋ ਵੀ ਤੁਸੀਂ ਖਾਂਦੀਆਂ ਹੋ ਖਾ ਲੈਣਾ ਤੇ ਇਨਸ਼ਾਅੱਲਾ ਕੇਕ ਸ਼ੇਕ ਜਿਹੜਾ ਹੋਏਗਾ ਨਾ ਜਾਂ ਉਹ ਅਗਲੇ ਸਾਲ ਫਿਰ ਅਸੀਂ ਕਰਾਂਗੇ ਤੇ ਉਹਨੂੰ ਸਮਝ ਨਹੀਂ ਸੀ ਆ ਰਹੀ ਬੱਚਿਆਂ ਨੂੰ ظاہر ਹੈ ਇਨੇ ਛੋਟੇ ਆ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਮਹਰਮ ਕੀ ਏ ਸ਼ਹੀਦਾ ਨਕਰਬਲਾ ਕੌਣ ਸਨ ਮੈਂ ਫਿਰ ਸਮਝਾਇਆ ਵੀ ਸਹੀ ਦੱਸਿਆ ਵੀ ਸਹੀ ਤੇ ਮਗਰ ਫਿਰ ਦਿਲ ਚ ਆਇਆ ਕਿ ਨਹੀਂ ਉਹ ਬੱਚੀਏ ਇਹ ਛੋਟੀ ਏ ਤੇ ਚਲੋ ਅਸੀਂ ਕੱਲ ਉਹਨੂੰ ਕਿਧਰੇ ਲੈ ਜਾਵਾਂਗੇ ਤਾਂ ਕਿ ਉਹਦਾ ਦਿਨ ਵੀ ਅੱਛਾ ਗੁਜ਼ਰ ਜਾਏਗਾ ਉਹਨੂੰ ਇਹ ਨਹੀਂ ਹੋਏਗਾ ਕਿ ਬਾਬਾ ਯਹਾਂ 'ਤੇ ਨਹੀਂ ਆ ਤੇ ਮੇਰੀ ਬਰਥਡੇ ਜਿਹੜੀ ਹੈ ਨਾ ਉਹ ਨਹੀਂ ਹੋਈ ਤੇ ਪੁੱਫੀ ਵੀ ਤੇ ਪਿਓ ਹੀ ਹੁੰਦੀ ਹੈ ਨਾ ਤੇ ਇਨਸ਼ਾਅੱਲਾ ਜੀ ਫਿਰ ਮਿਲਾਂਗੇ ਤੁਹਾਨੂੰ ਕਿਸੇ